ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਕੈਦੀਆਂ ਦੀ ਹੋਈ ਝੜਪ ਦੇ ਦੌਰਾਨ ਜ਼ਬਰਦਸਤ ਲੜਾਈ ਹੋਈ ਹੈ, ਜਿਸ ਕਰਕੇ ਦੋ ਕੈਦੀਆਂ ਦੀ ਮੌਤ ਹੋਈ ਹੈ, ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰ ਦੇ ਮੁਤਾਬਕ ਉਹਨਾਂ ਦੇ ਸਰੀਰ ਦੇ ਉੱਪਰ ਗੰਭੀਰ ਸੱਟਾਂ ਸਨ। ਉਹਨਾਂ ਕਿਹਾ ਕਿ ਧਰਮਿੰਦਰ ਅਤੇ ਹਰਸ਼ ਦੀ ਮੌਕੇ 'ਤੇ ਹੀ ਮੌਤ ਹੋਈ ਸੀ ਅਤੇ ਉਸਨੂੰ ਇੱਥੇ ਮ੍ਰਿਤਕ ਹਾਲਤ ਵਿੱਚ ਹੀ ਲਿਆਂਦਾ ਗਿਆ ਸੀ, ਜਦਕਿ ਗਗਨਦੀਪ ਸਿੰਘ ਅਤੇ ਮੁਹੰਮਦ ਸਹਿਬਾਗ ਗੰਭੀਰ ਰੂਪ ਵਿੱਚ ਫੱਟੜ ਸਨ, ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਅੱਜ ਦੇਰ ਸ਼ਾਮ ਨੂੰ ਸੰਗਰੂਰ ਦੀ ਜੇਲ੍ਹ ਦੇ ਵਿੱਚ ਇਹ ਵੱਡੀ ਝੜਪ ਹੋਈ ਹੈ। ਸਾਡੇ ਕੋਲ ਟੋਟਲ 4 ਪੇਸ਼ੈਂਟ ਆਏ ਸੀ ਡਿਸਟ੍ਰਿਕਟ ਜੇਲ੍ਹ 'ਚੋਂ, ਪੁਲਿਸ ਦੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ। ਉਹਨਾਂ ਦੇ ਵਿੱਚੋਂ 2 ਪੇਸ਼ੈਂਟਸ ਤਾਂ ਬਰੋਡ ਡੈਡ ਸੀਗੇ ਪਹਿਲਾਂ ਹੀ, 2 ਪੇਸ਼ੈਂਟ ਸੀਰੀਅਸ ਸੀਗੇ, ਉਹਨਾਂ ਦਾ MLR ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰੈਫਰ ਕਰਦੇ ਟ੍ਰੀਟਮੈਂਟ ਦੇ ਕੇ। ਹਰਸ਼ ਅਤੇ ਧਰਮਿੰਦਰ ਨਾਮ ਦੇ 2 ਪੇਸ਼ੈਂਟ ਸੀਗੇ ਜਿਹੜੇ ਬਰੋਡ ਡੈਡ ਸੀਗੇ, ਅਤੇ ਗਗਨਦੀਪ ਸਿੰਘ ਅਤੇ ਮੁਹੰਮਦ ਸਹਿਬਾਗ ਪੇਸ਼ੈਂਟ ਸੀਗੇ ਜਿਹੜੇ ਸਿੱਖ ਸੀਗੇ। ਜਿਹੜੇ ਸਿੱਖ ਨੇ ਉਹਨਾਂ ਦੇ ਕਿੰਨੇ ਕਿਹੜੀਆਂ ਸੱਟਾਂ ਕਿੱਥੇ ਲੱਗੀਆਂ ਨੇ? ਉਹਨਾਂ ਦੇ ਬੈਕ 'ਤੇ, ਸਿਰ 'ਤੇ, ਕੰਨ 'ਤੇ, ਬਾਂਹ 'ਤੇ, ਅਲੱਗ ਅਲੱਗ ਜਗ੍ਹਾ 'ਤੇ। ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਇਸ ਤਰ੍ਹਾਂ? ਹਾਲਤ ਆਫਟਰ ਇਨਵੈਸਟੀਗੇਸ਼ਨ ਹੀ ਦੱਸਿਆ ਜਾ ਸਕਦਾ। ਜਿਹੜੀ ਸੱਟਾਂ ਨੇ ਕਿਹੋ ਜਿਹੀਆਂ ਨੇ ਭਾਈ, ਕੋਈ ਸ਼ਾਰਪ ਵੈਪਨ ਵਗੈਰਾ? ਸ਼ਾਰਪ। ਠੀਕ ਹੈ ਭਾਜੀ, ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।